ਹਾਂਜੀ, ਮੋਹਾਲੀ ਪੁਲਿਸ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਇੰਟੈਲੀਜੈਂਸ ਏਜੰਸੀਜ਼ ਵੱਲੋਂ ਕਿ ਜ਼ੀਰਕਪੁਰ ਏਰੀਆ ਦੇ ਵਿੱਚ ਇੱਕ ਇਲੀਗਲ ਕਾਲ ਸੈਂਟਰ ਚੱਲ ਰਿਹਾ ਹੈਗਾ, ਅਤੇ ਜਿਵੇਂ ਹੀ ਸਾਨੂੰ ਇਨਫੋਰਮੇਸ਼ਨ ਮਿਲੀ ਅਤੇ ਸਾਡੇ ਵੱਲੋਂ ਡਿਫਰੈਂਟ ਡਿਫਰੈਂਟ ਵੱਖਰੀ ਵੱਖਰੀ ਟੀਮਸ ਦਾ ਗਠਨ ਕੀਤਾ ਗਿਆ ਸੀਗਾ ਅਤੇ ਚਾਰ ਡਿਫਰੈਂਟ ਡਿਫਰੈਂਟ ਲੋਕੇਸ਼ਨਸ 'ਤੇ ਰੇਡ ਕੀਤੀ ਗਈ। ਉਹ ਚਾਰੋਂ ਹੀ ਲੋਕੇਸ਼ਨਸ 'ਤੇ ਜਦੋਂ ਕਾਲ ਸੈਂਟਰ ਦਾ ਆਪਰੇਸ਼ਨ ਚੱਲ ਰਿਹਾ ਸੀਗਾ, ਤੋ ਰੈਡ ਹੈਂਡਡ ਸਾਡੇ ਵੱਲੋਂ 21 ਬੰਦੇ ਉੱਥੋਂ ਅਰੈਸਟ ਕੀਤੇ ਗਏ ਸੀਗੇ ਅਤੇ ਇਹਨਾਂ ਦਾ ਜੋ ਮੋਡਸ ਆਪਰੈਂਡੀ ਸੀਗਾ ਕਾਲ ਸੈਂਟਰ ਦਾ, ਉਹ ਅਮੈਰੀਕਨ ਸਿਟੀਜ਼ਨਸ ਨੂੰ ਠੱਗਣ ਦਾ ਸੀਗਾ। ਤੋ ਉਹ ਇੱਕ ਐਕਸ ਲਾਈਟ ਕਰਕੇ ਇੱਕ ਸੋਫਟਵੇਅਰ ਨੂੰ ਯੂਜ਼ ਕਰਦੇ ਸੀਗੇ ਅਤੇ ਤਿੰਨ ਡਿਫਰੈਂਟ ਡਿਫਰੈਂਟ ਕੈਟੇਗਰੀ ਆਫ ਫਰੌਡ ਕਰਦੇ ਸੀਗੇ। ਇੱਕ ਸੀਗਾ ਕਿ ਉਹ ਕਾਲ ਕਰਦੇ ਸੀਗੇ ਐਜ਼ ਪੁਲਿਸ ਆਫਿਸਰਸ ਐਂਡ ਕਸਟਮ ਅਫੀਸ਼ਲਸ ਅਤੇ ਕਹਿੰਦੇ ਸੀਗੇ ਕਿ ਤੁਹਾਡਾ ਮੈਕਸੀਕੋ ਦੇ ਬਾਰਡਰ ਕੇ ਉੱਪਰ ਇੱਕ ਪਾਰਸਲ ਫੜਾ ਗਿਆ ਹੈ ਜਿਸ ਦੇ ਅੰਦਰ ਕੁਛ ਸ਼ੱਕੀ ਜਾਂ ਫਿਰ ਡਰੱਗ ਜਿਵੇਂ ਦੀ ਚੀਜ਼ ਮਿਲੀ ਹੈ, ਅਤੇ ਤੁਹਾਡਾ ਅਗਰ ਪਾਰਸਲ ਨਹੀਂ ਹੈਗਾ ਤਾਂ ਤੁਸੀਂ ਆਹ ਵਾਲਾ ਜੋ ਲਿੰਕ ਹੈਗਾ, ਜੋ ਕਿ ਇੱਕ ਸਪੂਫਡ ਇੱਕ URL ਹੁੰਦਾ ਸੀਗਾ ਕਿ ਉੱਥੇ ਤੁਸੀਂ ਉਹ ਕਰ ਦਿਓ, ਮਤਲਬ ਕਲਿੱਕ ਕਰੋ ਅਤੇ ਆਪਣੀ ਇਨਫੋਰਮੇਸ਼ਨ ਦੇ ਦਿਓ ਸੋ ਦੈਟ ਤੁਸੀਂ ਜੈਨੂਇਨ ਬੰਦੇ ਹੋ ਅਤੇ ਤੁਹਾਡਾ ਪਾਰਸਲ ਨਹੀਂ ਹੈ। ਇੱਕ ਤਾਂ ਆਹ ਸੀਗਾ, ਦੂਜਾ ਸੀਗਾ ਕਿ ਇਹ ਐਜ਼ ਰੈਪ੍ਰੈਜੈਂਟੇਟਿਵ ਆਫ ਐਮਾਜ਼ੋਨ ਜਾਂ ਮਾਈਕਰੋਸੋਫਟ ਬਣਦੇ ਸੀਗੇ ਔਰ ਸਰਵਿਸ ਪ੍ਰੋਵਾਈਡਰਸ ਕਰਕੇ ਉਹ ਵੀ ਪੋਪਅਪ ਰਾਹੀਂ ਆਪਣੀ ਸਰਵਿਸਿਜ਼ ਪ੍ਰੋਵਾਈਡ ਕਰਦੇ ਸੀਗੇ। ਜਦੋਂ ਵੀ ਕੋਈ ਬੰਦਾ ਕਲਿੱਕ ਕਰਦਾ ਤੇ ਉਹਨਾਂ ਦੀ ਬੈਂਕ ਡੀਟੇਲਸ ਵਗੈਰਾ ਜਾਂ ਉਹਨਾਂ ਦਾ ਫੋਨ ਹੈਕ ਹੋ ਜਾਂਦਾ ਸੀਗਾ ਤੇ ਉਹਨਾਂ ਦੇ ਬੈਂਕ ਅਕਾਊਂਟਸ ਤੋਂ ਪੈਸੇ ਨਿਕਲ ਜਾਂਦੇ ਸੀਗੇ। ਤੀਜਾ ਸੀਗਾ ਕਿ ਇਹ ਜੋ ਵੀ URLs ਹੈ ਉਹਨਾਂ ਦੇ ਥਰੂ ਕੁਛ ਵੀ ਜਿਵੇਂ ਉਹਨਾਂ ਨੂੰ ਥੋੜ੍ਹਾ ਠੱਗ ਵਗ ਕੇ ਦੇ ਵੁੱਡ ਮੇਕ ਦੈਮ ਕਲਿੱਕ ਔਨ ਦੋਜ਼ URLs ਔਰ ਫਿਰ ਉਹਨਾਂ ਦੇ ਫੋਨਸ ਨੂੰ ਹੈਕ ਕਰ ਲੈਂਦੇ ਸੀਗੇ ਅਤੇ ਫੋਨ ਜਿਵੇਂ ਹੀ ਹੈਕ ਹੁੰਦਾ ਹੈਗਾ ਉਹਨਾਂ ਦੇ ਬੈਂਕ ਅਕਾਊਂਟਸ ਨੂੰ ਫਿਰ ਖਾਲੀ ਕਰ ਲੈਂਦੇ ਸੀਗੇ, ਕਿਉਂਕਿ ਇਹਦੇ ਵਿੱਚ ਅਮੈਰੀਕਨ ਸਿਟੀਜ਼ਨਸ ਨੂੰ ਠੱਗਿਆ ਜਾ ਰਿਹਾ ਸੀਗਾ, ਡਾਲਰਸ ਦੇ ਵਿੱਚ ਪੈਸੇ ਲੈ ਰਹੇ ਸੀਗੇ ਅਤੇ ਇਹ ਕ੍ਰਿਪਟੋ ਕਰੰਸੀ ਅਤੇ ਬਿਟਕੋਇਨਸ ਦੇ ਵਿੱਚ ਉਹਨਾਂ ਤੋਂ ਸਾਰੀ ਟ੍ਰਾਂਜੈਕਸ਼ਨਸ ਹੋ ਰਹੀ ਸੀਗੀ ਅਤੇ ਇੱਥੇ ਵੀ ਬਿਟਕੋਇਨਸ ਦੇ ਰਾਹੀਂ ਹੀ ਆਪਣੇ ਜਿੰਨੇ ਵੀ ਬੰਦੇ ਉਹਨਾਂ ਨੂੰ ਟ੍ਰਾਂਜੈਕਸ਼ਨਸ ਰਾਹੀਂ ਪੈਸੇ ਦੇ ਰਹੇ ਸੀਗੇ। ਤੋਂ ਇੱਥੇ ਸਵਾਲ ਇਹ ਆਉਂਦਾ ਹੈ ਕਿ ਸਭ ਤੋਂ ਵੱਡਾ ਜਦੋਂ ਇੱਥੇ ਜਿਹੜੇ ਬੰਦੇ ਕੰਮ ਕਰ ਰਹੇ ਸੀਗੇ ਕਿ ਇਹਨਾਂ ਨੂੰ ਔਨ ਰੋਲ ਕਿ ਅੱਜ ਤੱਕ ਕੀ ਇਹਨਾਂ ਨੂੰ ਕੋਈ ਆਫਰ ਲੈਟਰ ਵਗੈਰਾ ਦਿੱਤੇ ਗਏ ਸੀ ਕਿ ਜਾਂ ਫਿਰ ਬਿਨਾਂ ਕਿਸੇ ਆਫਰ ਲੈਟਰ ਤੋਂ ਇੱਕ ਫੇਕ ਕੰਪਨੀ ਸਪੈਮ ਕੰਪਨੀ ਦੇ ਉੱਤੇ ਕੰਮ ਕਰ ਰਹੇ। ਇਹਨਾਂ ਦੀ ਜੋ ਇਨੀਸ਼ੀਅਲ ਪੁੱਛਗਿੱਛ ਹੈ ਉੱਥੇ ਇਹਨਾਂ ਨੇ ਜੋ ਦੱਸਿਆ ਹੈਗਾ ਕਿ ਕੋਈ ਪਰਟੀਕੁਲਰ ਐਪ ਸੀਗੀ ਜਿੱਥੇ ਇਹਨਾਂ ਫੇਸਬੁੱਕ ਜਾਂ ਡਿਫਰੈਂਟ ਡਿਫਰੈਂਟ ਸੋਸ਼ਲ ਮੀਡੀਆ ਪ੍ਰੋਫਾਈਲਸ ਦੇ ਉੱਪਰ ਆਪਣੀ ਐਡ ਕਰਦੇ ਕਿ ਜਿਵੇਂ ਅਗਰ ਤੁਸੀਂ ਜੋਬ ਦੀ ਸਰਚ ਕਰ ਰਹੇ ਹੋ ਤਾਂ ਆਹ ਵਾਲੀ ਐਪ ਤੁਸੀਂ ਡਾਊਨਲੋਡ ਕਰ ਲਓ। ਉਹ ਐਪ ਦੇ ਵਿੱਚ ਇਹਨਾਂ ਦੇ ਅਕਾਊਂਟਸ ਬਣ ਜਾਂਦੇ ਸੀਗੇ ਅਤੇ ਦੇ ਵੈਰੀ ਵੈਲ ਨਿਊ, ਇਹਨਾਂ ਨੂੰ ਪਤਾ ਸੀਗਾ ਕਿ ਠੱਗੀ ਵਾਲਾ ਹੈਗਾ, ਕੋਈ ਜੈਨੂਇਨ ਕੰਮ ਨਹੀਂ ਕਰ ਰਹੇ ਸੀਗੇ, ਬਟ ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਨੂੰ 25 ਤੋਂ 30 ਹਜ਼ਾਰ ਪਰ ਮੰਥ ਇਹਨਾਂ ਨੂੰ ਸੈਲਰੀ ਮਿਲ ਰਹੀ ਸੀਗੀ, ਬਟ ਇਹਨਾਂ ਨੂੰ ਕਮਿਸ਼ਨ ਵੀ ਮਿਲਦਾ ਹੋਣਾ ਕਿਉਂਕਿ ਸਾਰਾ ਕ੍ਰਾਈਮ ਦਾ ਮਨੀ ਸੀਗਾ। ਇਹ ਇਹਨਾਂ ਨੂੰ ਪਤਾ ਸੀਗਾ, ਇਹਨਾਂ ਦੇ ਇੱਕ ਸਕ੍ਰਿਪਟ ਸੀਗਾ, ਇਹਨਾਂ ਦੇ ਕੋਲ ਸਾਨੂੰ 3 ਡਿਫਰੈਂਟ ਡਿਫਰੈਂਟ ਸਕ੍ਰਿਪਟਸ ਮਿਲੀ ਹੈ ਜਿਹੜਾ ਕਿ ਇਹ ਯੂਜ਼ ਕਰਦੇ ਸੀਗੇ ਅਤੇ ਇਨੀਸ਼ੀਅਲ ਆਪਣਾ ਉਹੀ ਕਿ ਅਸੀਂ ਪੁਲਿਸ ਆਫਿਸਰ ਗੱਲ ਕਰ ਰਹੇ, ਕਸਟਮ ਆਫਿਸਰ ਗੱਲ ਕਰ ਰਹੇ ਜਾਂ ਫਿਰ ਅਸੀਂ ਮਾਈਕਰੋਸੋਫਟ ਔਰ ਐਮਾਜ਼ੋਨ ਤੋਂ ਗੱਲ ਕਰ ਰਹੇ ਅਤੇ ਇਹਨਾਂ ਦੀ ਸਕ੍ਰਿਪਟ ਸੀਗੀ। ਇਹ ਉਹ ਸਕ੍ਰਿਪਟਸ ਨੂੰ ਪੜ੍ਹਦੇ ਸੀਗੇ, ਨੋਰਮਲ ਪੋਲੇ ਪੋਲੇ ਲੋਕਾਂ ਨੂੰ ਠੱਗਦੇ ਸੀਗੇ ਅਤੇ ਅੱਗੇ ਫਿਰ ਗਾਂਹ ਆਪਣੇ ਕਿਸੇ ਸੀਨੀਅਰ ਨਾਲ ਗੱਲ ਕਰਾ ਕੇ ਉਹਨਾਂ ਤੋਂ ਫਿਰ ਉਹਨਾਂ ਦੇ ਹੈਕਿੰਗ ਰਾਹੀਂ ਉਹਨਾਂ ਦੇ ਬੈਂਕ ਅਕਾਊਂਟਸ ਤੋਂ ਪੈਸੇ ਕੱਢ ਲੈਂਦੇ ਸੀਗੇ। ਟੋਟਲ 21 ਬੰਦੇ ਅਰੈਸਟ ਹੋਏ ਜਿਨ੍ਹਾਂ ਦੇ ਵਿੱਚੋਂ 4 ਫੀਮੇਲਸ ਹੈ ਅਤੇ 17 ਮੇਲਸ ਹੈ।
ਇਹਨਾਂ ਦੀ ਮੋਟੀ ਮੋਟੀ ਜੀ ਇੱਕ ਅੱਧੇ ਦਿਨ ਦੀ ਟ੍ਰੇਨਿੰਗ ਟਾਈਪ ਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹਨਾਂ ਦੇ ਕੋਲ ਸਕ੍ਰਿਪਟਸ ਹੈ ਅਤੇ ਜਿਹਨੂੰ ਵੀ ਇੰਗਲਿਸ਼ ਆਉਂਦੀ ਹੈਗੀ ਜਿਹੜਾ ਵੀ ਅਮੈਰੀਕਨ ਐਕਸੈਂਟ ਦੇ ਵਿੱਚ ਗੱਲ ਕਰ ਸਕਦਾ ਹੈਗਾ, ਥੋੜ੍ਹਾ ਬਹੁਤ 12 ਪੜ੍ਹਾ ਹੋਇਆ, BA ਪਾਸ ਕੀਤੀ ਹੋਏ, ਉੱਦਾਂ ਦੇ ਮੋਸਟਲੀ ਬੰਦੇ ਇੰਗਲਿਸ਼ ਬੋਲਦੇ ਹੈ, ਉਹ ਸਕ੍ਰਿਪਟ ਪੜ੍ਹਦੇ ਹੈ ਅਤੇ ਉਹੀ ਸਕ੍ਰਿਪਟ ਨੂੰ ਫੋਲੋ ਕਰਦੇ ਹੈ ਤੇ ਇਹਨਾਂ ਦੀ ਉਹੀ ਘੰਟੇ ਤੋਂ ਘੰਟੇ ਟਾਈਪ ਕੀ ਜੀ ਟ੍ਰੇਨਿੰਗ ਕਰਦੇ ਵੱਖਰੇ ਵੱਖਰੇ ਸਟੇਟਸ ਦੇ ਹੈ। ਇਸ ਇਹਦੇ ਵਿੱਚ ਇੱਕ ਦੱਸਣ ਜੋ ਗੱਲ ਆ ਹੈਗੀ ਕਿ ਅਫਰੀਕਨ ਨੈਸ਼ਨਲਸ ਵੀ ਹੈ 4 ਜਿਨ੍ਹਾਂ ਦੇ ਜੋ ਇਨੀਸ਼ੀਅਲ ਪੁੱਛਗਿੱਛ ਹੈ ਉਹਦੇ ਮੁਤਾਬਿਕ ਉਹਨਾਂ ਦੇ ਵੀਜ਼ਾਸ ਐਕਸਪਾਇਰ ਹੋ ਚੁੱਕੇ ਅਤੇ ਉਹਨਾਂ ਨੇ ਓਵਰ ਸਟੇ ਕੀਤਾ ਇੰਡੀਆ ਦੇ ਵਿੱਚ, ਉਹ ਵੀ ਫਿਰ ਰੈਲੇਵੈਂਟ ਸੈਕਸ਼ਨਸ ਆਫ ਫੋਰਨ ਨੈਸ਼ਨਲ ਜੋ ਲੱਗੇਗਾ ਉਹ ਅਸੀਂ ਉਹਨਾਂ ਦੇ ਉੱਪਰ ਵੀ ਅਪਲਾਈ ਕਰਾਂਗੇ, ਬਟ ਉਹ ਹਜੇ ਚੈੱਕ ਕਰਨਾ ਬਾਕੀ ਕਿ ਇੰਡੀਆ ਦੇ ਵਿੱਚ ਕਿਵੇਂ ਆਏ ਹੈ ਅਤੇ ਵੀਜ਼ਾ ਕਦੋਂ ਮਿਲਿਆ ਸੀ, ਕਦੋਂ ਉਹਨਾਂ ਦਾ ਵੀਜ਼ਾ ਐਕਸਪਾਇਰ ਹੋਇਆ। ਅਤੇ 4 ਤੋਂ ਅਫਰੀਕਨ ਨੈਸ਼ਨਲਸ ਹੈ, ਬਾਕੀ ਡਿਫਰੈਂਟ ਡਿਫਰੈਂਟ ਸਟੇਟਸ, ਪੰਜਾਬ ਦੇ ਵੀ ਕੁਛ ਬੱਚੇ ਹੈ, ਵੈਸਟ ਬੰਗਾਲ ਤੇ ਕਈ ਸਾਰੇ ਬੱਚੇ ਤੇ ਰਾਜਸਥਾਨ ਦੇ ਵੀ ਕਈ ਹੈ। ਇੱਕ ਐਪ ਤੇ ਇਹਨਾਂ ਦੇ ਕਾਫੀ ਸਾਰੀ ਐਪਸ ਹੈ, ਬਟ ਇਸਮੇ ਤੋਂ ਐਕਸਲਾਈਟ ਸਪੂਫ ਕਰਨ ਦਾ ਇੱਕ ਸੋਫਟਵੇਅਰ ਹੁੰਦਾ ਹੈਗਾ, ਇੱਕ ਮਾਈ ਆਫਿਸ ਐਪ, ਇੱਕ ਕਿੱਦਾਂ ਦਾ ਹੈਗਾ ਮਾਈ ਆਫਿਸ ਐਪ ਇੱਕ ਦੱਸ ਰਹੇ ਸੀਗੇ, ਬਟ ਉਹ ਇਹਨਾਂ ਦੀ ਇਨੀਸ਼ੀਅਲ ਪੁੱਛਗਿੱਛ ਹੀ ਹੈਗੀ, ਇਹਨਾਂ ਨੇ ਕੋਈ ਸ਼ੋਅ ਨਹੀਂ ਕੀਤਾ ਹੈਗਾ, ਇਹਨਾਂ ਨੇ ਸਿਰਫ ਦੱਸਿਆ ਹੈਗਾ। ਕਿਰਾਏ ਤੇ ਇਹ ਆਪਣੇ ਫਲੈਟਸ ਕਿਰਾਏ ਤੇ ਲੈ ਕੇ ਉੱਥੇ ਰਹਿ ਰਹੇ ਸੀਗੇ ਅਤੇ ਉੱਥੇ ਹੀ ਇਹਨਾਂ ਦੇ ਕੋਲੋਂ ਸਾਨੂੰ 20 ਲੈਪਟੋਪਸ ਇਹਨਾਂ ਦੇ ਕੋਲੋਂ ਬਰਾਮਦ ਹੋਏ ਅਤੇ ਉਹ ਲੈਪਟੋਪਸ ਦੇ ਰਾਹੀਂ ਕਰਦੇ ਸੀਗੇ ਕੰਮ। ਇਹ ਸਾਰੇ ਹੀ ਇੱਕ ਟੀਮ ਹੈ, ਹਜੇ ਜੋ ਪੁੱਛਗਿੱਛ ਹੈ ਬੜੀ ਇਨੀਸ਼ੀਅਲ ਸਟੇਜ 'ਤੇ ਹੈ ਅਤੇ ਹਜੇ ਆ ਨਹੀਂ ਪਤਾ ਕਿ ਕਿਹੜਾ ਬੰਦਾ ਸੀਨੀਅਰ ਹੈ ਕਿਹੜਾ ਕੀ ਹੈ, ਬਟ ਜਿਹੜਾ ਕਿ ਤੁਸੀਂ ਅਗਰ ਦੇਖੋਗੇ ਕਿ ਉਸਦੀ ਜੋ ਲਿਸਟ ਹੈ ਜੋ ਨਦੀਮ ਹੈ ਤੌਸੀਫ ਹੈ ਇਹ ਮੇਨ ਬੰਦੇ। ਅਫਰੀਕਨ ਨੈਸ਼ਨਲਸ ਕਿਵੇਂ ਇਹਨਾਂ ਨੂੰ ਮਿਲੇ, ਕਿਵੇਂ ਇਹਨਾਂ ਨੇ ਪੂਰੀ ਟੀਮ ਬਣਾਈ ਹੈਗੀ ਉਹ ਹਜੇ ਪੁੱਛਗਿੱਛ ਦੇ ਵਿੱਚ ਆਉਣਾ ਕਿਉਂਕਿ ਸਾਡੇ ਕੋਲ 3 ਦਿਨ ਤੱਕ ਰਿਮਾਂਡ ਦੇ ਵਿੱਚ ਹੈ। ਹਜੇ ਜੋ ਪੂਰਾ ਵੱਡੇ ਲੈਵਲ ਤਾਂ ਓਨਰਸ਼ਿਪ ਦਾ ਤਾਂ ਹਜੇ ਨਹੀਂ ਕਲੀਅਰ ਹੋਇਆ, ਬਟ ਇਹ ਸਾਰੇ ਟੀਮ ਬਣ ਕੇ ਕੰਮ ਕਰ ਰਹੇ ਸੀਗੇ, ਇਹ ਸਾਰੇ ਇਕੁਅਲੀ ਇਨਵੋਲਵਡ ਹੈ ਆ ਵਾਲੇ ਤੋਂ। ਅਮੈਰੀਕਨ ਨੈਸ਼ਨਲਸ ਆ ਤਾਂ ਇਸਮੇ ਤਾਂ ਸਾਰੇ ਕੇ ਸਾਰੇ ਹੀ ਅਮੈਰੀਕਨ ਨੈਸ਼ਨਲਸ ਹੈ। ਨਹੀਂ ਨਹੀਂ ਹਜੇ ਨਹੀਂ, ਇਹਨਾਂ ਦੇ ਕੋਲ 1,40,000 ਰੁਪਏ ਰਿਕਵਰ ਹੋਏ ਜਿਹੜਾ ਕਿ ਕੈਸ਼ ਹੈਗਾ, ਬਟ ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅਮੈਰੀਕਨ ਡਾਲਰ ਤੋਂ ਫਿਰ ਅੱਗੇ ਬਿਟਕੋਇਨ ਜਾਂ ਅਦਰ ਕ੍ਰਿਪਟੋ ਕਰੰਸੀ ਦੇ ਵਿੱਚ ਇਹਨਾਂ ਦੀ ਟ੍ਰਾਂਜੈਕਸ਼ਨਸ ਹੋਈਆਂ ਅਤੇ ਹਜੇ ਉਹ ਰਿਕਵਰ ਕੁਛ ਨਹੀਂ ਹੋਇਆ ਕਿਉਂਕਿ ਇਹਨਾਂ ਦੇ ਕੋਲੋਂ ਆਹ ਸਾਰਾ ਕਾ ਸਾਰਾ ਜੋ ਲੈਪਟੋਪਸ ਰਿਕਵਰ ਹੋਏ ਉਹ FSL ਦੇ ਲਈ ਭੇਜਾਂਗੇ ਅਸੀਂ, ਉਹਨਾਂ ਉਹ ਲੈਪਟੋਪਸ ਤੋਂ ਅਗਰ ਕੋਈ ਡੇਟਾ ਰਿਕਵਰ ਹੁੰਦਾ ਉੱਥੋਂ ਹੋ ਸਕਦੀ ਸਾਨੂੰ ਕੁਛ ਮਿਲ ਜਾਏਗਾ। ਹਜੇ ਕੁਛ ਨਹੀਂ ਆਇਆ, ਲੈਪਟੋਪਸ ਮੇਂ ਜਦੋਂ ਇੱਕ ਵਾਰੀ ਡੇਟਾ ਰਿਟਰੀਵ ਹੋ ਜਾਏਗਾ ਤਾਂ ਹੀ ਅਸੀਂ ਕਨਫਰਮੇਸ਼ਨ ਦੇ ਨਾਲ ਕਹਿ ਪਾਏਗੇ।